ਚੌਂਕ ਜਾਵਾਂਗੇ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੱਕ ਵਧੇ ਜਾਣੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੱਕ ਵਧੇ ਜਾਣੇ ਬੋਲੋ ਜਿੰਦਾਬਾਦ 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 वेखो जो पार्लीमेंट दे विच मोदी सरकार ने 14 सितंबर नूं जिहड़े आ इह अपने ऑर्डीनेंस जिहड़े लियांदे सी ओह रखे उहनां नूं पास करता लोकतंत्र दीआं धज्जियां डा के लोक सभा दे विच वी ते राज सभा दे विच वी पास कर दित्ते इहनां ने उहदे संबंध दे विच जिहड़ा इहदे विरोध चल रिहा लगातार जिहड़ा विरोध चल रिहा पूरे पंजाब सारी दुनिया दे विच ही चल रिहा जिन्नियां स्टेटां हैगियां वा उहदे मुताबक असीं जिहड़ा 24 तों लै के 26 तरीक तक रेलां रोकण दा ऐलान कीता सीगा उहदे मुताबक असीं अज रेलां दे उत्ते आ गए हाँ ते इह जिहड़ा साडा ऐलान आ ये जिहड़ा वा 26 तरीक तक तो है ही है आ पर जे मोदी सरकार ने इहदे कोई गलबात करन दी कोशिश ना कीती जां कोई इहदा हल ना कढ़िया तो ये जिहड़ा वा अंदोलन जिहड़ा ये वध भी सकदा वा इहदे विच जो सरकार ने कीता वा असीं इहनां नूं कहना चाहुंदे आ कि जिहड़े अज इहनां दे प्रवक्ता वा जिन्ने भी बीजेपी दे आ भावें उह टीवी ते बैठदे किते बैठे आ उह लोकां नूं गमराह कर रहे आ पर इह कह रहे आ कि जिहड़े आ इहनां नूं फलाना गमराह कर रहे आ किसानां नूं उह कर रहे आ बिल्कुल किसान गमराह नहीं हो रहे किसान मजदूर जिहड़ा वा इह अपना भविख इहदे नाल जिन्ने बाकी वर्ग आ उहनां दा सारिआं दा भविख जा रहा वा ਇਹੋ ਸੋਚ ਰਿਹਾ ਕਿ ਇਹਦੇ ਨਾਲੋਂ ਸਾਨੂੰ ਜਿਹੜਾ ਬਾਅਦ 'ਚ ਸਾਨੂੰ ਮੌਤ ਦਿਆ ਅਸੀਂ ਵੇਖਣਾ ਵਾ ਉਹ ਸਾਨੂੰ ਅੱਜ ਮੌਤ ਜਿਹੜੀ ਆ ਅੱਜ ਸੰਘਰਸ਼ ਦੇ ਵਿੱਚ ਆ ਜਾਵੇ ਕੁਰਬਾਨੀ ਦੇ ਦਈਏ ਅਤੇ ਅਸੀਂ ਜਿਹੜੇ ਆ ਇਹ ਆਰਡੀਨੈਂਸ ਲਾਗੂ ਨਾ ਹੋਣ ਦਈਏ ਇਸ ਸੰਬੰਧ ਦੇ ਵਿੱਚ ਜਿਹੜੀ ਆ ਮੰਡੀ ਜਿਹੜੇ ਆ ਤੋੜ ਕੇ ਇਹਨਾਂ ਨੇ ਇੱਥੇ ਝੂਠ ਬੋਲਿਆ ਜਾ ਰਿਹਾ ਕਿ ਕਿਸਾਨ ਨੂੰ ਜਿਹੜਾ ਟੈਕਸ ਦੇਣਾ ਪੈਂਦਾ ਮੰਡੀ 'ਚ ਬਿਲਕੁਲ ਕਿਸਾਨ ਦਾ ਟੈਕਸ ਨਹੀਂ ਹੁੰਦਾ ਸਿਰਫ ਉਹ ਥੋੜ੍ਹੀ ਜਿਹੀ ਲੇਬਰ ਦਿੰਦਾ ਉਹ ਫਸਲ ਦੀ ਆਪਣੀ ਉਤਰਾਈ ਦਿੰਦਾ ਉਹਦੀ ਛਣਾਈ ਦਿੰਦਾ ਵਾ ਬਾਕੀ ਕੋਈ ਟੈਕਸ ਨਹੀਂ ਟੈਕਸ ਸਾਹਿਬ ਵਪਾਰੀ ਨੂੰ ਦਿੰਦਾ ਵਾ ਅਤੇ ਸਰਕਾਰ ਨੇ ਵਪਾਰੀ ਦਾ ਟੈਕਸ ਜਿਹੜਾ ਵਾ ਉਹ ਬੰਦ ਕੀਤਾ ਬਗੈਰ ਲਾਇਸੈਂਸ ਤੋਂ ਬਗੈਰ ਕਿਸੇ ਫੀਸ ਤੋਂ ਜਿਹੜੀ ਖੁੱਲ੍ਹੀ ਮੰਡੀ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਕਰਨੀ ਆ ਉਹ ਤੋਂ ਸਾਰਾ ਸਿੱਧ ਹੁੰਦਾ ਕਿ ਇਹਦੀ ਕਾਲਾ ਬਜ਼ਾਰੀ ਹੋਊਗੀ ਕਾਲਾ ਬਜ਼ਾਰੀ ਹੋ ਕੇ ਕੱਲ੍ਹ ਨੂੰ ਬਾਜ਼ਾਰ ਦੇ ਵਿੱਚ ਮਹਿੰਗਾ ਵੇਚਿਆ ਜਾਊਗਾ ਇਹ ਸਾਰਾ ਜਿਹੜਾ ਕਾਰਪੋਰੇਟ ਘਰਾਣਿਆਂ ਅਤੇ ਜਿਹੜੀ ਇਹ ਵਰਲਡ ਬੈਂਕ ਆ ਉਹਦੇ ਦਬਾਅ ਦੇ ਥੱਲੇ ਮੋਦੀ ਨੇ ਕੀਤਾ ਬੜੀ ਤੇਜ਼ੀ ਦੇ ਨਾਲ ਕਰ ਰਿਹਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਹਰਿਆਣੇ ਦੇ ਵਿੱਚ ਤੁਹਾਂ ਜਿਹੜਾ ਵਾ ਲੋਕਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕ ਰਹੇ ਜੇ ਉੱਥੇ ਪਾਣੀ ਦੀਆਂ ਬਿਛਾੜਾਂ ਲਾਈਆਂ ਡਾਂਗ ਲਾਈ ਫੋਰਸ ਲਾਈ ਜਿਹੜੀ ਹਰਿਆਣਾ ਵੱਲੋਂ ਅਸੀਂ ਕਹਿੰਦੇ ਵੀ ਉਹ ਚੁੱਕ ਲਓ ਆਪਣਾ ਜਿਹੜਾ ਉੱਥੋਂ ਬੈਰੀਕੇਡ ਚੁੱਕ ਲਓ ਰਾਹ ਸਾਫ਼ ਕਰ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਦਿੱਲੀ ਵਾਲੇ ਪਾਸੇ ਨੂੰ ਤੁਰ ਪੈਣਾ ਵਾ ਅਤੇ ਕੋਈ ਰੋਕਿਆ ਨਹੀਂ ਜਾਣਾ ਅਸੀਂ ਇਹਦੇ ਉੱਤੇ ਜਿੰਨੇ ਪੰਜਾਬ ਦੇ ਵਿੱਚ ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਉਹਦੀ ਅਸੀਂ ਪੂਰੀ ਹਮਾਇਤ ਕਰਾਂਗੇ ਉਸ ਦੇ ਨਾਲ ਜਿੰਨਾ ਅੱਗੇ ਸੰਘਰਸ਼ ਆ ਉਹਦੇ ਨਾਲ ਹਮਾਇਤ 'ਚ ਅਤੇ ਨਾਲ ਹੀ ਆ ਜਿਹੜਾ ਅੰਦੋਲਨ ਆ ਇਹ 26 ਤਰੀਕ ਤੋਂ ਵੱਧ ਸਕਦਾ ਵਾ 26 ਤਰੀਕ ਨੂੰ ਅਸੀਂ ਕੱਲ੍ਹ ਜਿਹੜੀ ਹੰਗਾਮੀ ਮੀਟਿੰਗ ਇੱਕ ਲਾ ਰਹੇ ਹਾਂ ਉਹਦੇ ਵਿੱਚ ਨਵਾਂ ਪ੍ਰੋਗਰਾਮ ਆਜੂਗਾ ਅਤੇ ਕਿਧਰ ਨੂੰ ਜਾਣਾ ਜਿੰਨਾ ਚਿਰ ਆਰਡੀਨੈਂਸ ਜਿਹੜੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਵਾ ਜਾਰੀ ਰਹੂਗਾ ਇੱਥੇ ਨਾ ਕਿਤੇ ਸਰਕਾਰ ਚੁੱਕਣ ਦੇ ਵਿੱਚ ਵੇਖੋ ਅੱਜ ਤੱਕ ਸਰਕਾਰਾਂ ਨੇ ਕਿਸੇ ਕਿਸਾਨ ਨੂੰ ਕਿਸੇ ਨੂੰ ਅਣਗੋਲਿਆ ਕੀਤਾ ਸੀ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੁਣ ਤਾਂ ਸਾਰਾ ਕਿਸਾਨ ਵਰਗ ਜਿੰਨਾ ਵੀ ਆ ਸਭ ਸੜਕਾਂ 'ਤੇ ਆ ਗਿਆ ਰੇਲਾਂ 'ਤੇ ਆ ਗਿਆ ਇਹਨਾਂ ਨੂੰ ਪਤਾ ਵਾ ਕਿ ਹੁਣ ਸਾਡੇ ਤੋਂ ਜਿਹੜਾ ਕੰਟਰੋਲ ਤੋਂ ਬਾਹਰ ਹੋ ਰਿਹਾ ਸਾਰਾ ਕੁਛ ਇਹਨਾਂ ਨੇ ਲੋਕਾਂ ਦੀ ਆਵਾਜਾਵੀ ਦਾ ਬਹਾਨਾ ਬਣਾ ਕੇ ਜਿਹੜੀਆਂ ਅੱਜ 14 ਰੇਲਾਂ ਇਹਨਾਂ ਦੀਆਂ ਫਿਰੋਜ਼ਪੁਰ ਮੰਡਲ ਨੇ ਜਿਹੜੀਆਂ ਰੱਦ ਕੀਤੀਆਂ ਹੋਈਆਂ ਵਾ ਅਸੀਂ ਕਹਾਂਗੇ ਕਿਸਾਨਾਂ ਦਾ ਇਹਦੇ ਵਿੱਚ ਜਿਹੜੀ ਆ ਦਬਾਅ ਦੇ ਥੱਲੇ ਸਾਰਾ ਕੁਛ ਹੋ ਰਿਹਾ ਵਾ ਜੋ ਵੀ ਕੁਛ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਇਹ ਸਾਰਾ ਕਿਸਾਨਾਂ ਦੇ ਦਬਾਅ ਦੇ ਥੱਲੇ ਕਰ ਰਹੀਆਂ ਹੁਣ ਨਹੀਂ ਤਾਂ ਭਾਈ ਪੋਲੀਟੀਕਲ ਪਾਰਟੀਆਂ ਪਹਿਲਾਂ ਸਾਰੀਆਂ ਇਸ ਕਾਰਪੋਰੇਟ ਘਰਾਣਿਆਂ ਦੇ ਨਾਲ ਇਹਨਾਂ ਆਰਡੀਨੈਂਸਾਂ ਦੇ ਨਾਲ ਸਾਰੇ ਸਹਿਮਤ ਸੀਗੇ ਅੱਜ ਇਹ ਕਰ ਰਹੇ ਆ ਅਸੀਂ ਕਹਿਣਾ ਚਾਹੁੰਦੇ ਹਾਂ ਕਦੀ ਇਹ ਸਾਡੇ ਧਰਨਿਆਂ 'ਚ ਆਉਣਾ ਚਾਹੁੰਦੇ ਆ ਕਦੀ ਕਿਤੇ ਕਰਨਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਸਿੱਧਾ ਦਿੱਲੀ ਵੱਲ ਨੂੰ ਕੂਚ ਕਰੋ ਉੱਥੇ ਜਾ ਕੇ ਮੋਦੀ ਦੇ ਗਲ ਪਾਓ ਇਹ ਆਰਡੀਨੈਂਸ ਜਿਹੜੇ ਆ ਉੱਥੇ ਜਾ ਕੇ ਰੱਦ ਕਰਾਓ ਕਿਉਂ ਲੋਕਾਂ ਨੇ ਬੜੀ ਵੱਡੀ ਤਾਕਤ ਦਿੱਤੀ ਤੁਹਾਨੂੰ ਬੜੀਆਂ ਬੜੀਆਂ ਵੋਟਾਂ ਪਾ ਕੇ ਲੋਕਾਂ ਨੇ ਵੱਡੀ ਤਾਕਤ ਦਿੱਤੀ ਆ ਤੁਸੀਂ 2-2 ਲੱਖ ਤਨਖਾਹਾਂ ਲੈ ਰਹੇ ਜੇ 75,000 ਪੈਨਸ਼ਨ ਲੈਣੀ 5 ਸਾਲਾਂ ਬਾਅਦ ਇਹ ਜਿਹੜੀ ਲੜਾਈ ਜਾ ਕੇ ਮੋਦੀ ਸਰਕਾਰ ਨਾਲ ਲੜੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੰਜਾਬ 'ਚ ਕਿਸੇ ਨੇ ਵੜ ਨਹੀਂ ਦੇਣਾ ਪਿੰਡਾਂ 'ਚ ਨਹੀਂ ਵੜ ਦੇਣਾ ਅਤੇ ਜਿਹੜੀ ਬੀਜੇਪੀ ਆ ਉਹ ਤਾਂ ਬਿਲਕੁਲ ਜਿਹੜੀ ਆਪਣੀ ਇੱਥੋਂ ਦਾ ਕਿਨਾਰਾ ਕਰ ਜੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਬੀਜੇਪੀ ਦਾ ਜਿਹੜਾ ਸਾਥ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਜਿਹੜਾ ਵਾ ਉਹਨੂੰ ਵੀ ਗਾਂਹ ਦਾ ਰਸਤਾ ਵਿਖਾਵਾਂ ਬਿਲਕੁਲ ਜਿਹੜਾ ਵਾ ਜੇ ਪੋਲੀਟੀਕਲ ਪਾਰਟੀਆਂ ਅੱਜ ਨਹੀਂ ਕੁਛ ਕਰਦੀਆਂ ਕਿਸਾਨ ਵਾਸਤੇ ਅਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਖਮਿਆਜਾ ਹੋਰ ਹੀ ਭੁਗਤਣਾ ਪਊਗਾ ਵੇਖੋ ਜਿਹੜੀਆਂ ਸਿਆਸੀ ਪਾਰਟੀਆਂ ਵਾ ਇਹ ਕੋਈ ਵੀ ਸੌਖੇ ਤਰੀਕੇ ਨਾਲ ਨਹੀਂ ਕਰ ਰਹੀਆਂ ਇਹ ਕਿਸਾਨਾਂ ਦੇ ਹਮਾਇਤੀ ਬਣ ਕੇ ਨਹੀਂ ਕਰ ਰਹੀਆਂ ਜੋ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੋਇਆ ਵਾ
उस दबा उस ता दे थल्यों वह जो इन्हों देखता कि आने वाले दिनों साड़ी मौत होगी जो अं किसान के हक च नहीं बोलते वह अपन जीतिया हुई गलतियां वा उन्होंने छुपा चाहते आ छुपा के अपनी जी गवाची हुई ग्राउंड आ जी अपनी चमड़ी आनू बचा चाहते आ इस करके पोलिटिकल पार्टियां असं कहें कि जे तुम कर सकते कुछ दिल्ली जाके करो वो फिर वह कोई होगा मतलब नहीं तो नहीं कोई मतलब नहीं है। हमारा ये तो पहले से हमें पता था, हमारी इनपुट थी इसकी, तो व्यापक सुरक्षा व्यवस्था जो है वो उसको चुस्त दुरुस्त कर दिया गया। और हम लोग का मेन ये है कि कोई भी रेलवे की प्रॉपर्टी जो है उसका नुकसान नहीं। जी हाँ, ये पॉलिसी मैटर था, जैसे जैसे ये पूर्व में अवगत था हमें पता था, तो ये तो कोई ऑल ऑफ ए सडन नहीं हुआ है। तो इसमें प्रशासन ने ऐसा सोचा कि भाई जो यात्री सेवाएँ हैं उनको सस्पेंड कर दिया गया। जी हाँ, आप देख रहे हैं सामने वो लोग यहाँ पर जाम है, और हमें जो सूचना अमृतसर में भी कहीं कहीं विभिन्न जगह पर जाम, जो जहाँ जहाँ इन लोगों का अंदेशा था वहाँ वहाँ पर लोग बैठ रहे हैं। लक्ष्य को हासिल कर लेने का भरोसा है KMV, सपनों को नई उड़ान देने का भरोसा है KMV, प्रतिस्पर्धा के दौर में सफलता का भरोसा है KMV, पंजाब में नंबर 1 अग्रणी शिक्षण संस्थान है KMV, 135 सालों की स्वर्णिम परंपरा है KMV, भारत में शीर्ष रैंकिंग में शामिल कन्या महाविद्यालय जालंधर। पहनेंगे तो लोग देखते रह जाएंगे, आपके वेलकम में 4 चांद लग जाएंगे, आएंगे तो पसंद करके ही जाएंगे। ट्रेंडिंग, आरामदायक और किफायती सूट, शेरवानी और ब्लेजर्स, द ब्लेजर्स मनोहर सिंह एंड सन्स, लोअर बाजार शिमला। मैंने तो होने दे, दूध पी दादी, ना दे दो। रुक जा, पहले 6 महीने तो होने दे। कुछ भी क्यों नहीं? क्योंकि 6 महीने से पहले कुछ और खिलाया पिलाया तो हो जाएगा 10। 6 महीने तक सिर्फ मम्मी का ही दूध समझी। अरे वाह।